ਵੈਸੇ ਅਕਸਰ ਅਸੀਂ ਦੇਖਿਆ ਕਿ ਜਦੋਂ ਮਾਨ ਬ੍ਰਿਗੇਡ ਜਿਹੜੀ ਵੀ ਹੈ ਮਾਨ ਬ੍ਰਿਗੇਡ ਨੇ ਜਦੋਂ ਆਪਣੇ ਆਫਿਸ ਅਜ਼ੂਮ ਕੀਤੇ ਚਾਰਜ ਅਜ਼ੂਮ ਕੀਤਾ ਤਾਂ ਉਸ ਦਾ ਉਸ ਵਕਤ ਜਿਹੜਾ ਕਿ ਆ ਕੇ ਆਪਣੀ ਕੁਰਸੀ ਨੂੰ ਨਮਨ ਕਰਦੇ ਨੇ ਲੇਕਿਨ ਅੱਜ ਇੱਕ ਵੱਖਰੀ ਤਸਵੀਰ ਵੇਖਣ ਨੂੰ ਮਿਲੀ ਇੱਥੇ ਦਫ਼ਤਰ ਦੇ ਵਿੱਚ ਪੂਰੀ ਪੂਜਾ ਪਾਠ ਕੀਤੀ ਗਈ ਮਹਾਂਪੁਰਖਾਂ ਦਾ ਆਸ਼ੀਰਵਾਦ ਜਿਹੜਾ ਕਿ ਲਿਆ ਗਿਆ ਉਸ ਤੋਂ ਬਾਅਦ ਆਪਣੀ ਚੇਅਰ ਜਿਹੜੀ ਕਿ ਅਜ਼ੂਮ ਕਰਦੇ ਨੇ ਬ੍ਰਹਮ ਸ਼ੰਕਰ ਜੀ ਬ੍ਰਹਮ ਸ਼ੰਕਰ ਜੀ ਸਭ ਤੋਂ ਪਹਿਲਾਂ ਵਧਾਈਆਂ ਜ਼ਰੂਰ ਹੈ ਤੁਹਾਨੂੰ ਲੇਕਿਨ ਚੈਲੰਜਸ ਬਹੁਤ ਵੱਡੇ ਨੇ ਕੀ ਕੁਝ ਚੈਲੰਜਸ ਸਮਝਦੇ ਹੋ ਪ੍ਰਾਇੋਰਟੀ ਜਿਹੜੀ ਕੀ ਹੈ ਕੀ ਕੁਝ ਲੱਗਦੀ ਹੈ ਸਭ ਤੋਂ ਪਹਿਲਾਂ देखो पंजाब दी जनता दा आस और विश्वास बहुत बड़ा आम आदमी पार्टी दी कीतरन ਸਾਡੇ ਨੈਸ਼ਨਲ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਦਿੱਲੀ ਦੇ ਵਿੱਚ ਸਰਕਾਰ ਹੈ ਲੋਕਾਂ ਨੇ ਉਥੇ ਹੋਏ ਦਿੱਲੀ ਦੇ ਅੱਛੇ ਕੰਮਾਂ ਨੂੰ ਦੇਖਦਿਆਂ ਔਰ ਪੰਜਾਬ ਦੇ ਵਿੱਚ ਇੱਕ ਮਨ ਬਣਾਇਆ ਔਰ ਭਗਵਾਨ ਮਾਨ ਜੀ ਜਿਹੜੇ ਕਿ ਸਾਡੇ ਪੰਜਾਬ ਦੇ ਬਹੁਤ بڑے ਲੀਡਰ ਔਰ ਇਮਾਨਦਾਰ ਦੋ ਵਾਰ ਮੈਂਬਰ ਪਾਰਲੀਮੈਂਟ ਉਹਨਾਂ ਤੇ ਯਕੀਨ ਕਰਦੇ ਆਂ ਪੰਜਾਬ ਜਿੱਥੇ ਬਹੁਤ ਵੱਡੀ ਸਾਡੇ ਦੇ ਜ਼ਿੰਮੇਵਾਰੀ ਦਿੱਤੀ ਆ ਉਹਨਾਂ ਦੀ ਆਸ ਔਰ ਵਿਸ਼ਵਾਸ ਨੂੰ ਪੂਰਨ ਇਮਾਨਦਾਰੀ ਨਾਲ ਬਹੁਤ ਅੱਛੇ ਢੰਗ ਨਾਲ ਪੂਰਨ ਕੀਤਾ ਜਾਏਗਾ। ਜਲਦ ਅਰਬਾਗਤ ਨੂੰ ਦਿੱਤਾ ਗਿਆ ਇੱਕ ਮੁੱਦਾ ਜਿਹੜਾ ਕਿ ਉਦੋਂ ਤੱਕ ਕਦੇ ਕਲੈਰਿਟੀ ਸਾਹਮਣੇ ਨਹੀਂ ਆਉਂਦੀ ਜੰਪਾ ਸਾਹਿਬ ਤੁਹਾਨੂੰ ਵੀ ਪਤਾ ਹੈ ਕਿ ਐਸਵਾਈਐਲ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਦੀ ਕਲੈਰਿਟੀ ਹਜੇ ਤੱਕ ਨਹੀਂ ਆਈ ਹੈ। ਤੁਹਾਡਾ ਕੀ ਕਹਿਣਾ ਹੈ ਕਿ ਕੀ ਸਟੈਂਡ ਰਹੂਗਾ ਆਮ ਆਦਮੀ ਪਾਰਟੀ ਦਾ ਹੁਣ ਕਿਉਂਕਿ ਹੁਣ ਪੰਜਾਬ ਸਰਕਾਰ ਦਾ ਸਟੈਂਡ ਪੁੱਛਣਾ ਹੋਏਗਾ ਐਸਵਾਈਐਲ ਦੇ ਮੁੱਦੇ ਤੇ। ਸਰ ਜਾਇਆ ਮੈਨੂੰ ਵਾਟਰ ਰਿਸੋਰਸਿਸ ਦਿੱਤਾ। ਠੀਕ ਹਨ ਜੀ ਜਿਸਨ ਐਸਪੀਐਲ ਦਾ ਮੁੱਦਾ ਆਏਗਾ ਉੱਤੇ ਵੀ ਜ਼ਰੂਰ ਕੁਝ ਸਾਡੇ ਲਈ ਜੋ ਪੇਸ਼ਕਾਦਮੀ ਕਰਾਂਗੇ ਡੈਫੀਨਿਟਲੀ ਕਰਾਂਗੇ ਕਿਉਂਕਿ ਹਿੰਦੁਸਤਾਨ ਇੱਕ ਬਹੁਤ ਅੱਛਾ ਖੂਬਸੂਰਤ ਮੁਲਕ ਹੈ ਇੱਥੇ 27 28 29 ਜਿੰਨੀਆਂ ਵੀ ਸੀਟਾਂ ਸਾਡੀਆਂ ਸਾਰੀਆਂ ਦੇ ਆਪਣੇ ਆਪਣੇ ਚੀਜ਼ਾਂ ਚੱਲਦੀਆਂ ਰਹਿੰਦੀਆਂ ਹਨ ਲੇਕਿਨ ਕਦੀ ਇਦਾਂ ਨਹੀਂ ਹੋਇਆ ਇਹ ਵੀ ਐਸਪੀਐਲ ਦਾ ਮੁੱਦਾ ਬਹੁਤ ਲੰਬਾ ਹੁਣ ਪੰਜਾਬ ਦਾ ਪਾਣੀ ਦੀ ਪੈਰ ਵੀ ਕਰੋ ਕਿ ਪੰਜਾਬ ਦਾ ਪਾਣੀ ਪੰਜਾਬ ਨੂੰ ਮਿਲਣਾ ਚਾਹੀਦਾ ਕਿ ਨਹੀਂ ਪੰਜਾਬ ਦੇ ਪਾਣੀ ਦੀ ਡੈਫੀਨਿਟਲੀ ਪੈਰ ਵੀ ਕਰਾਂਗੇ ਲੇਕਿਨ ਇਹ ਵੀ ਚਾਹਾਂਗੇ ਪੂਰੇ ਮੁਲਕ ਦੇ ਪਾਣੀ ਮਿਲਦਾ ਰਹੇ ਇਹ ਵੀ ਚਾਹਾਂਗੇ ਪਰ ਪੰਜਾਬ ਦੇ ਪੈਰ ਮਤਲਬ ਅਸ਼ੰਕਾ ਹੈ ਰਾਣਾ ਨੂੰ ਦਿੱਤਾ ਜਾ ਸਕਦਾ ਪੰਜਾਬ ਦਾ ਪਾਣੀ ਨਹੀਂ ਸ਼ੰਕਾ ਦੀ ਨਾ ਆਪਾਂ ਅਸ਼ੰਕਾ ਨਾ ਕਿਸੇ ਚੀਜ਼ ਤੇ ਕਰੀਏ ਆਪਾਂ ਉਹਨੂੰ ਅੱਛੇ ਢੰਗ ਨਾਲ ਸੋਚੀਏ ਉਹ ਸਭ ਲਈ ਕੀਤਾ ਜਾਵੇ ਇਸ ਤਰ੍ਹਾਂ ਵਾ ਜਿਹੜਾ ਕਿਉਂਕਿ ਤੁਸੀਂ ਵੀ ਬਾਰ-ਬਾਰ ਕਹਿੰਦੇ ਆਇਓ ਕਿ ਜਦੋਂ ਸਿਸਟਮ ਨੂੰ ਚੇਂਜ ਕਰਨਾ ਹੈ ਤਾਂ ਉੱਪਰਲੇ ਲੈਵਲ ਤੋਂ ਲੈ ਕੇ ਹੇਠਲੇ ਲੈਵਲ ਤੱਕ ਸਿਸਟਮ ਚੇਂਜ ਕਰਨਾ ਹੋਵੇਗਾ ਜਿਹੜੀ ਭ੍ਰਸ਼ਟਾਚਾਰ ਖਤਮ ਕਰਨੀ ਹੋਏਗੀ ਜਿਹੜਾ ਹੈਲਪਲਾਈਨ ਨੰਬਰ ਰਿਲੀਜ਼ ਕੀਤਾ ਗਿਆ ਇਹਦੀ ਵਰਕਿੰਗ ਕਿਸ ਤਰੀਕੇ ਨਾਲ ਹੋਏਗੀ ਇਹ ਜ਼ਰਾ ਦਰਸ਼ਕਾਂ ਨੂੰ ਦੱਸੋ ਜੋ ਹੈਲਪਲਾਈਨ ਨੰਬਰ ਦੀ ਵਰਕਿੰਗ ਸ਼ੁਰੂਆਤ ਹੋ ਗਈ ਮੈਨੂੰ ਪਹਿਲਾ ਤੁਹਾਡੇ ਕਿਸੇ ਪ੍ਰੈਸ ਵਾਲੇ ਭਰਾ ਨੇ ਕੁਐਸਚਨ ਕੀਤਾ ਵੀ ਪਹਿਲੀ ਕੰਪਲੇਂਟ ਤੁਹਾਡੇ ਡਿਪਾਰਟਮੈਂਟ ਦੇ ਸੰਬੰਧ ਵਿੱਚ ਹੀ ਆਈ ਹੈ ਸੀਐਮ ਸਾਹਿਬ ਦੇ ਪੋਰਟਲ ਤੇ ਆਈ ਹੈ ਡੈਫੀਨਿਟਲੀ ਉੱਤੇ ਕੰਪਲੇਂਟ ਨੂੰ ਪਹਿਲਾਂ ਦਿੱਕਤ ਦੇਖਿਆ ਜਾਏਗਾ ਕਿਉਂਕਿ ਕਿਸੇ ਨਾਲ ਨਜਾਇਜ਼ ਵੀ ਨਾ ਹੋਵੇ ਕਿਸੇ ਦੁਸ਼ਸ਼ ਭਾਵਨਾਵਾਂ ਨਾਲ ਵੀ ਕੰਪਲੇਂਟ ਨਾ ਪਈ ਉਹ ਇਸਨੂੰ ਇਸਮਾਲ ਕਰਨਾ ਚਾਹੁੰਦਾ ਸੀ ਕਿ ਆਫਸਰ ਨਾਲ ਗਲਤ ਵੀ ਹੋ ਸਕਦਾ ਹੈ ਕੋਈ ਆਪਣੀ ਹੋ ਸਕਦਾ ਹੈ ਆਪਣੇ ਪਰਸਨਲ ਕੋਈ ਖੁੰਦਕ ਵੀ ਘਟਦਾ ਹੋਵੇ ਬਿਲਕੁਲ ਬਿਲਕੁਲ ਦੇਖੋ ਕੋਈ ਵੀ ਕਿਸੇ ਦੇਖੋ ਕਿਸੇ ਖਿਲਾਫ ਕੋ ਕੰਪਲੇਂਟ ਪਾ ਲੈਂਦਾ ਉੱਤੇ ਡੈਫੀਨਿਟਲੀ ਪਹਿਲਾਂ ਚਰਚਾ ਕੀਤੀ ਜਾਊਗੀ ਉਹ ਤਾਂ ਦੇਖਿਆ ਜਾਊਗਾ ਤੇ ਆ ਕੇ ਸੰਬੰਧਿਤ ਅਧਿਕਾਰੀ ਦੇਖੋਗੇ ਜਿਹੜਾ ਕੰਪਲੇਂਟ ਪਾਉਣ ਵਾਲਾ ਉਹ ਕਿੰਨੀ ਜੈਨੂਇਨ ਹੈ ਕੰਪਲੇਂਟ ਫਿਰ ਉਹਤੇ ਕਾਰਵਜ ਦੇ ਡੈਫੀਨਿਟਲੀ ਹੋਣੀ ਹੋਣੀ ਚੈਲੰਜਸ ਬਹੁਤ ਰਹਿਣ ਵਾਲੇ ਆ ਸਭ ਤੋਂ ਪਹਿਲਾਂ ਪ੍ਰਾਇੋਰਟੀ ਕੀ ਕੁਝ ਰਹੇਗੀ ਸਭ ਤੋਂ ਵੱਡਾ ਚੈਲੰਜ ਕਿਹੜਾ ਲੱਗਦਾ ਕੋਈ ਜਿਹੜੀ ਅੱਗੇ ਗਰਮੀਆਂ ਆ ਰਹੀਆਂ ਪਾਣੀ ਦੇ ਸੰਬੰਧ ਚ ਕਿਉਂਕਿ ਸਰਕਾਰਾਂ ਨੇ 70 ਸਾਲ ਲੰਘਾ ਦਿੱਤੇ ਹਾਲ ਤੱਕ ਬਹੁਤ ਸਾਰੇ ਇਲਾਕੇ ਦੰਦੇ ਆ ਜਿੱਥੇ ਪਾਣੀ ਦੀ ਪਹੁੰਚਾਣਾ ਜ਼ਰੂਰੀ ਆ ਅਸੀਂ ਦੇਖਦੇ ਆ ਉਦੋਂ মিডিਆ ਸਭ ਤੋਂ ਪਹਿਲਾਂ ਅੱਗੇ ਦਿਖਾ ਕੇ ਜਾ ਕੇ ਦਿਖਾਉਂਦਾ ਜ਼ਗਾ ਜ਼ਗਾ ਲੇਕਿਨ ਸਾਨੂੰ ਹੁਣ ਚੈਲੰਜ ਮਿਲਿਆ ਸਾਨੂੰ ਥੋੜਾ ਡੈਫੀਨਿਟਲੀ ਟਾਈਮ ਵੀ ਚਾਹੀਦਾ ਉਹਦੇ ਕਿੰਨੇ ਸਾਡੇ ਕੋਲ ਫੰਡਸ ਅਰੇਂਜਮੈਂਟਸ ਹੋਊਗੇ ਕਿੰਨੇ ਸਾਡੇ ਕੋਲ ਫੋਰਸ ਉੱਤੇ ਕਿੰਨੇ ਡਿਊਟੀ ਆਫੀਸਰ ਆ ਜਮੀਨੀ ਪੱਧਰ ਤੇ ਕੰਮ ਕਰਨ ਵਾਲੇ ਕਿੰਨੇ ਬੰਦੇ ਹੋਊਗੇ ਸਾਰੀਆਂ ਚੀਜ਼ਾਂ ਦੇਖਣੀਆਂ ਪੈਣੀਆਂ